ਉਹਨੂੰ ਅਸੀਂ ਸੁਣਾਉਣੇ ਆ ਪੁਰਾਣਾ ਸੱਭਿਆਚਾਰ ਹੈ ਸਾਡੇ ਪਿੰਡ ਦੇ ਕਵੀਸ਼ਰ ਬਾਬਾ ਜਗਿੰਦਰ ਸਿੰਘ ਤੇ ਉਹਨਾਂ ਜਾਣੀ ਕਵੀਸ਼ਰੀ ਸਮਝੋ ਉਹ ਗਾਉਂਦੇ ਸੀ ਨਾ ਕਵੀਸ਼ਰੀ ਗਾਉਂਦੇ ਹੁੰਦੇ ਸੀ ਤੁਸੀਂ ਹਾਂ ਭਾਵੇਂ ਤੁਸੀਂ ਕਵੀਸ਼ਰੀ ਸਟੇਜ ਤੇ ਨਹੀਂ ਕੀਤੀ ਪਰ ਯਾਦ ਜਿਵੇਂ ਤੁਹਾਨੂੰ ਪੁਰਾਣੀਆਂ ਗੱਲਾਂ ਜਿਵੇਂ ਅੱਜ ਤੋਂ 1957-58 ਦੀ ਗੱਲ ਲਿਖੀ ਆ ਪੁਰਾਣੇ ਕਵੀਆਂ ਦੀ ਉਹ ਪੇਸ਼ ਕਰਦੇ ਆ ਵੀ ਜਿਵੇਂ ਇੱਕ ਸ਼ਹਿਰ ਦੇ ਰਹਿਣ ਵਾਲੀ ਲੜਕੀ ਆ ਇੱਕ ਪਿੰਡ ਦੇ ਰਹਿਣ ਵਾਲੀ ਲੜਕੀ ਆ ਉਹਨਾਂ ਦਾ ਦੋਵਾਂ ਦਾ ਜਾਣੀ ਜਵਾਬ ਸਵਾਲ ਇਹ ਪੇਸ਼ ਕਰਨਗੇ ਲਓ ਜੀ ਸੁਣੋ ਤੱਕ ਧਰਤੀ ਦੀ ਬੇਟੀ ਕਰਦੇ ਦੁੱਧ ਮੱਖਣਾ ਦੀ ਪਾਲੀ ਲਸਲਸ ਕਰਦਾ ਹੁਸਨ ਕੁਦਰਤੀ ਸੂਰਤ ਭੋਲੀ ਭਾਲੀ ਮੇਕਅਪ ਦੀ ਮਥਾਜ ਨਹੀਂ ਨਾ ਫੈਸ਼ਨ ਦੀ ਮਤਵਾਲੀ ਚਿਹਰੇ ਉੱਤੇ ਭਾਪੇ ਮਾਰੇ ਸ਼ਰਮ ਹਜ਼ਾਰੀ ਲਾਦੀ ਤੇਰੇ ਮੂੰਹ ਤੇ ਗਿਟਗਿਟ ਪਾਊਡਰ ਫਿਰ ਵੀ ਉੱਡਣ ਹਵਾਵਾਂ ਆਹਦੀ ਕੁੜੀਏ ਸ਼ਹਿਰ ਦੀ ਏ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਛੱਲੀਆਂ ਗੰਨੇ ਸਾਗ ਸਰੋਂ ਦਾ ਡੱਡੇ ਕਣਕਾਂ ਛੋਲੇ ਖਾ ਖਾ ਕੇ ਮੁਟਿਆਰ ਬਣੇ ਉਹ ਲੂਲੂ ਸਿਹਤ ਬੋਲੇ ਤੇਰੀ ਖੁਰਾਕ ਚਾਹ ਦੀ ਪਿਆਲੀ ਇੱਕ ਦੋ ਬਿਸਕੁਟ ਪੋਲੇ ਤੀਲੇ ਵਾਂਗੂ ਜੁੱਸਾ ਤੇਰਾ ਨਾਲ ਹਵਾ ਦੇ ਡੋਲੇ ਦੋ ਗੁੱਤਾਂ ਦਾ ਹੋਰ ਤਾਂ ਤੇਰਾ ਭਾਰ ਨਾ ਰਹਿੰਦਾ ਸਾਵਾਂ ਆਹਦੀ ਕੁੜੀਏ ਸ਼ਹਿਰ ਦੀ ਏ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਕਹਿੰਦਾ ਤੜਕੇ ਉੱਠ ਕੇ ਚਾਟੀ ਰੇੜ ਕੇ ਗੋਹਾ ਪੱਥੇ ਪਾਣੀ ਨੌਕਰ ਜੋੜੇ ਭਾਈ ਭਾਈ ਚੁੱਕੇ ਕਪਾਹੀ ਰਾਖੀ ਕਰੇ ਤੇ ਡੰਗਰ ਮੋੜੇ ਪੈਰੀ ਉਸਦੇ ਟੀਬੀ ਜੁੱਤੀ ਭਾਂਦੀ ਜਾਵੇ ਰੋੜੇ ਸਿਰ ਤੇ ਦੋਵਣ ਗੜੀ ਚੁੱਕੇ ਫਿਰ ਵੀ ਪੱਬ ਮਰੋੜੇ ਕਹਿੰਦਾ ਸਿਰ ਤੇ ਚੁੱਲੀ ਲੈਂਦੇ ਆ ਤੇਰੀ ਧੌਣ ਨੂੰ ਪਵੇ ਬਣਾਵਾ ਆਹਦੀ ਕੁੜੀਏ ਸ਼ਹਿਰ ਦੀ ਏ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਕਹਿੰਦੇ ਸਿਖਰ ਦੁਪਹਿਰੇ ਭੱਤਾ ਲੈ ਕੇ ਖੇਤਾਂ ਦੇ ਵਿੱਚ ਜਾਵੇ ਕੰਮ ਸਵਾਰੇ ਬਾਬਲ ਦੇ ਵੀਰਾਂ ਦਾ ਹੱਥ ਵਟਾਵੇ ਬੜੇ ਦੇ ਉੱਤੇ ਹਾਕਰ ਉਸਦੀ ਗੀਤਾਂ ਨੂੰ ਸ਼ਰਮਾਵੇ ਕਹਿੰਦਾ ਗੋਡੀ ਕਰਦੀ ਪੁੱਜਦੀ ਸਰਦੀ ਵਾਢੀ ਭਰੇ ਕਲਾਵੇ ਤੇ ਕਹਿੰਦਾ ਕਾਪੀ ਚੁੱਕ ਕੇ ਜਾਂਦਿਆਂ ਦੀ ਥੱਕਣ ਤੇਰੀਆਂ ਬਾਹਾਂ ਆਹਦੀ ਕੁੜੀਏ ਸ਼ਹਿਰ ਦੀ ਏ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਕਹਿੰਦਾ ਸਾਦੀ ਰਹਿਣੀ ਸਾਦੀ ਬਹਿਣੀ ਸਾਦੇ ਹੀ ਉਸਦੇ ਬਾਣੇ ਸਰਿੰਜਲ ਦੇ ਵਿੱਚ ਛੋਪੋ ਪਾ ਕੇ ਗਾਏ ਖੁਸ਼ੀ ਦੇ ਗਾਣੇ ਤੇ ਤੂੰ ਬੈਠਣ ਰਹਿਣਾ ਨਾ ਘਰ ਬਹਿਣਾ ਫਿਲਮਾਂ ਮੱਤ ਸਿਖਾਈ ਪਾਣੀ ਖੁਲੋ ਤੇ ਆਈ ਮਰ ਜੇ ਜੇਕਰ ਹੋਵੇ ਨਾ ਮਾਈ ਤੇਰੇ ਇਹ ਬੇਲੋੜੇ ਫੈਸ਼ਨ ਤੱਕ ਤੱਕ ਮੈਂ ਸ਼ਰਮਾਵਾਂ ਤਾਰੀ ਕੁੜੀਏ ਸ਼ਹਿਰ ਦੀ ਹੈ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਤਾਰੀ ਕੁੜੀਏ ਸ਼ਹਿਰ ਦੀ ਹੈ ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ਬਈ ਵੇਖ ਲਓ ਉਸ ਮੌਕੇ ਦਾ ਇਹ ਕਵਿਤਾ ਲਿਖਿਆ ਹੈ ਨਾ ਪੁਰਾਣਾ ਜਿਵੇਂ ਤੁਸੀਂ ਕਹਿੰਦੇ 57-58 ਇੱਕ 57-58 ਦੀ ਲਿਖਤਾ ਇਹ ਤੁਸੀਂ ਅੱਛਾ ਉਦੋਂ ਦੀ ਆ ਇਹ ਕਿਸੇ ਕਵੀ ਦਾ ਲਿਖਿਆ ਇਹ ਆਏ ਨੀ ਤੁਹਾਨੂੰ ਯਾਦ ਵੀ ਕਿਹਦਾ ਲਿਖਿਆ ਹੋਊ ਹਾਂ ਤੇ ਤੁਸੀਂ ਇਹ ਕੌਣ ਕੌਣ ਗਾਉਂਦੇ ਹੁੰਦੇ ਸੀਗੇ ਖੋਲਦੇ ਤਾਂ ਹੀ ਬਾਬਾ ਹੁੰਦੇ ਸੀਗੇ ਜਿਵੇਂ ਬਾਬਾ ਜਗਿੰਦਰ ਦੀ ਗੱਲ ਕੀ ਜਗਿੰਦਰ ਸਿੰਘ ਦੀ ਗੱਲ ਕੀਤੀ ਹੈ ਹਾਂ ਜਗਿੰਦਰ ਦੀ ਗੱਲ ਕੀਤੀ ਹਾਂ ਬਾਬਾ ਲਿਖ ਕੇ ਦਿੰਦਾ ਹੈ ਬਾਬਾ ਜਗਿੰਦਰ ਸਿੰਘ ਮੈਨੂੰ ਚੇਤਾ ਹੈ ਮਾਸਟਰ ਮਹਿੰਦਰ ਸਿੰਘ ਦਾ ਭਰਾ ਸੀ ਜੋ ਵੱਡਾ ਤੇ ਉਹ ਗਾਉਂਦੇ ਹੁੰਦੇ ਸੀ ਪਹਿਲਾਂ ਰਿਹਾ ਇੱਥੇ ਆਪਣੇ ਇੱਕ ਕੀ ਪਿੰਡ ਦਾ ਸੀਗਾ ਅੱਛਾ ਚੰਡਿਆਣ ਦਾ ਚੰਡਿਆਣ ਉੱਥੋਂ ਦਾ ਆਏ ਨੇ ਹੋਰ ਵੀ ਗੱਲ ਆਪਣੇ ਗੁਰਦੁਆਰੇ ਵੀ ਚਲਾ ਕੇ ਗਏ ਸੀ ਇੱਕ ਵਾਰੀ ਅੱਛਾ ਇੱਥੇ ਬਾਬਾ ਚੰਦੀ ਗੱਲ ਅੱਛਾ 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 ਸ਼ੌਂਕ ਸੀ ਇਹਨਾਂ ਨੂੰ ਸ਼ੌਂਕ ਤੇ ਮੇਰੇ ਖਿਆਲ ਵੱਧਣੀ ਵਾਲਾ ਕਰਤਾਰ ਦੇ ਨਾਲ ਤਾਂ ਨਹੀਂ ਸੀ ਕਿਤੇ ਤਾਂ ਹੀ ਖੁਸ਼ੀ ਹਾਂ ਚਲੋ ਤੇ ਉਹ ਫਿਰ ਲਿਖ ਕੇ ਦਿੰਦੇ ਸਾਨੂੰ ਬਹੁਤ ਜੀ ਧੰਨਵਾਦ